ਤਾਂ ਤੁਸੀਂ ਉਹਨਾਂ ਚੰਦ ਮਤਲਬ ਸਟਾਲ ਵਾਲਟ 'ਚ ਆਵੇ ਜਿਨ੍ਹਾਂ ਨੇ ਜੈਨ ਕੀਤਾ ਮੁਰਤਜ਼ਾ ਭੁੱਟੋ ਕੋ ਅਗੇਂਸਟ ਪੀਪਲਸ ਪਾਰਟੀ, ਅਤੇ ਉਹਨਾਂ ਦੇ ਉੱਤੇ ਕਿਆ ਜਿਹੜੇ ਮੁਲਜ਼ਮ ਹੈ ਜਿਨ੍ਹਾਂ ਨੇ ਮੁਰਤਜ਼ਾ ਭੁੱਟੋ ਕੋ ਜੇ ਮਰਡਰ ਕੀਤਾ, ਉਹ ਤਮਾਮ ਦੇ ਗੋਟ ਦ ਕਲੀਨ ਚੀਟਸ ਫਰੋਮ ਦਾ ਕੋਰਟਸ? ਇੱਕ ਤਾਂ ਮੈਨੂੰ ਉਹਦੇ ਤੋਂ ਦੱਸੋ ਕਿ ਤੁਸੀਂ ਕਿਆ ਮੁਤਮੇ ਨਹੀਂ ਹੋਏ ਕਿ ਮੁਰਤਜ਼ਾ ਭੁੱਟੋ ਸਾਹਿਬ ਦੇ ਜਿਹੜੇ ਉਹਨਾਂ ਐੱਫ ਆਈ ਆਰ ਦੇ ਮੁਲਜ਼ਮ ਹੈ ਸਾਰੇ ਹੀ ਕਲੀਅਰ ਥੈਨ ਨੰਬਰ ਵਨ, ਅਤੇ ਪਲੱਸ ਕਿਆ ਤੁਸੀਂ ਵਾਕਈ ਸਮਝਦੇ ਹੋ ਕਿ ਜਿਹੜੀ ਗੱਲ ਕੀਤੀ ਵੈਂਦੀ ਹੈ ਕਿ ਆਸਿਫ ਜ਼ਰਦਾਰੀ ਸਾਹਿਬ ਦਾ ਹੀ ਕੋਈ ਹੱਥ ਹੈ ਉਹਨਾਂ ਦੀ ਇਲੀਮੀਨੇਸ਼ਨ ਦੇ ਵਿੱਚ, ਅਤੇ ਉਹ ਇਲੀਮੀਨੇਸ਼ਨ ਇੱਕ ਪਰਸਨਲ ਜਿਹੜਾ ਇੱਕ ਵੈਂਡੇਟਾ ਹੈ ਉਹ ਫਾਈਨਲੀ ਕਿਸੇ ਨਾ ਕਿਸੇ ਸ਼ਕਲ 'ਚ ਟਰੈਵਲ ਕਰੇਂਦਾ ਪਏ ਕਿ ਬਿਟਵੀਨ ਅਤਵਾਰੀ ਪਾਰਟੀ ਜਿਹਨੇ ਤੁਸੀਂ ਸ਼ਾਮਿਲ ਹੀ ਵੇ ਮੁਰਤ, ਉਹ ਤੋਂ ਬਾਅਦ ਆਪ ਡਾਕਟਰ ਮੁਬਸ਼ਰ ਸਾਹਿਬ ਵੀ ਸ਼ਾਮਿਲ ਹਨ, ਅਤੇ ਵਰਸਿਸ ਆਸਿਫ ਜ਼ਰਦਾਰੀ ਸਾਹਿਬ। ਚਾਰ ਪੰਜ ਸਵਾਲ ਕੀਤੇ, ਮੈਂ ਜਨਾਬ ਕੋ ਇੱਕ ਇੱਕ ਛੋਟੇ ਛੋਟੇ ਜਵਾਬ ਦੇਣਾ ਹੈ ਕਿ ਸਭ ਤੋਂ ਪਹਿਲੇ ਜਿਹੜਾ ਕੇਸ ਦਾਖਲ ਥਾ ਐੱਨ ਆਰ ਓ ਦੇ ਖਿਲਾਫ ਪਟੀਸ਼ਨਰਜ਼ ਨੇ, ਉਹਦੇ 'ਚ ਫੈਡਰੇਸ਼ਨ ਆਫ ਪਾਕਿਸਤਾਨ ਚਾਰੇ ਇਕਾਈਆਂ ਔਰ ਨੈਬ ਉਹਦੇ ਰਿਸਪੋਂਡੈਂਟ ਹਨ। ਕਿ ਮੁਦਈ ਨੇ ਆਖਿਆ ਕਿ ਮੇਰੇ ਖਿਲਾਫ ਮੇਰੇ ਈ ਕੇਸ ਦੇ ਵਿੱਚ ਫੈਡਰੇਸ਼ਨ ਆਫ ਪਾਕਿਸਤਾਨ ਵਿੱਚ ਮੇਰੇ ਜਵਾਬ ਦੇਵੇ, ਚਾਰੋਂ ਸੂਬੇ ਜਵਾਬ ਦੇਵਨ ਅਤੇ ਨੈਬ ਜਵਾਬ ਦੇਵੇ। ਲਿਹਾਜ਼ਾ ਅਗਰ ਇਹਨਾਂ ਦੇ ਤਰਫੋਂ ਕੋਈ ਬੰਦਾ ਨਾ ਪੇਸ਼ ਥੀਵੇ ਜਿਹੜੇ ਕਿ ਸਾਰੇ ਮਰਾਤ ਘਿਨ ਕੇ ਪੈਸੇ ਹੜੱਪ ਕਰਕੇ ਅਰਬਾਂ ਡਾਲਰ ਅਰਬਾਂ ਰੁਪਏ ਘਿਨ ਕੇ ਪ੍ਰਾਪਰਟੀਆਂ ਛੁਡਵਾ ਕੇ ਸਾਰੇ ਔਰ ਮਰਡਰ ਕੇਸਿਸ ਰੇਪ ਕੇਸਿਸ ਖੁਦਾ ਦਾ ਨਾਮ ਉਹਨੂੰ ਜਿਹੜੇ ਬੰਦੇ ਆਰਸਨ ਕੇਸਿਸ ਹੈ ਜਲਾ ਦਿੱਤੇ ਉਹਨਾਂ ਦੇ ਪ੍ਰੋਪਰਟੀਆਂ ਲੋਕਾਂ ਨੂੰ ਖਾ ਗਏ ਕਰਾਚੀ ਦੇ ਵਿੱਚ 4,800 ਕੇਸ ਤਾਂ ਸਿਰਫ ਉਹ ਹੈ ਜਿਹੜਾ ਕ੍ਰਿਮੀਨਲ ਹੈ, ਇਹ 248 ਬੰਦੇ ਸਿਰਫ ਇਹ ਹਨ ਜਿਹੜੇ ਕਿ ਇਹਦੇ ਕੇਸਿਸ ਨੈਬ ਦੇ। ਇੱਕ ਬੰਦਾ ਨਹੀਂ ਆਇਆ ਜਨਾਬ ਇਹਨਾਂ ਕੋਲ, ਡਾਕਟਰ ਮੁਬਸ਼ਰ ਹੋ ਕੇ ਖੜਾ ਕਿ ਤੁਸੀਂ ਨਾ ਆਓ ਉਹਨਾਂ ਦਾ ਗੁੱਸਾ ਹਾਈ ਪਾਰਟੀ ਦੇ ਨਾਲ। ਦੂਜੀ ਗੱਲ ਜਨਾਬ ਦੀ ਬੜੀ ਇਨਫੋਰਮੇਸ਼ਨ ਸਹੀ ਨਹੀਂ, ਡਾਕਟਰ ਸਾਹਿਬ ਨੇ ਮੁਰਤਜ਼ਾ ਨਾਲ ਕੋਈ ਜੁਆਇਨ ਕੋਈ ਨਹੀਂ ਕੀਤਾ। ਅੱਛਾ ਸੋਰੀ, ਆਈ ਸਟੈਂਡ ਕਰੈਕਟ। ਜੀ ਜੀ, ਮਤਲਬ ਇਹ ਗਲਤੀ ਥੀ ਵੀ ਨਹੀਂ ਨਾ, ਉਹ ਜਜ਼ਬਾਤ ਸਾਰਿਆਂ ਦਾ ਨਾਂ ਜੋ ਇਕੱਠਾ ਕਰਦੇ ਬੰਦਾ ਆ ਵੇਂਦਾ ਨਾਮ। ਇਹ ਬਈ ਗੱਲ ਹੈ ਕਿ ਉਹਨਾਂ ਨਾਲ ਮੇਰੇ ਇੰਟਰਵਿਊ ਹੈ ਜਿਹੜੀ ਗੱਲ ਥਈ ਹੈ, ਉਹਨਾਂ ਨੇ ਗਿਨਵਾ ਭੁੱਟੋ ਕੋ ਤੇ ਫਾਤਮਾ ਭੁੱਟੋ ਕਰਨ ਨਾਲ ਕੀਤੀ। ਗੱਲ ਤਾਂ ਸੁਣੋ ਨਾ, ਜਿਹੜੇ ਵੇਲੇ ਮੁਰਤਜ਼ਾ ਦੇ ਫੌਤ ਹੋਣ ਦੇ ਬਾਅਦ ਕਤਲ ਹੋਣ ਦੇ ਬਾਅਦ ਪਾਰਟੀ ਬਣੀ, ਗਨਵਾ ਬੀਬੀ ਨਾਲ ਡਾਕਟਰ ਸਾਹਿਬ ਸ਼ਾਮਿਲ ਥੀ ਗਏ ਉਹ ਤੋਂ ਬਾਅਦ ਆਫਟਰਵਰਡਸ। ਜੀ ਜੀ, ਯਾਦ ਹੈ ਬੈਠਾ। ਲਿਹਾਜ਼ਾ ਉਹ 2000 ਆਪਣਾ 96 ਜਿਹੜੇ ਆਪਣਾ ਫੌਤ ਹੈ ਨਾ ਸਹੀ, ਇਹ ਡਾਕਟਰ ਸਾਹਿਬ ਬਣ ਕੇ ਉਹਨਾਂ ਨੂੰ ਮਿਲੇ ਮੁਰਤਜ਼ਾ ਦੀ ਫੌਤਗੀ ਦੇ ਬਾਅਦ, ਔਰ ਉਹਨਾਂ ਦੇ ਬਾਅਦ ਉਹਨਾਂ ਨੇ ਉਹਦਾ ਵੀ ਗਿੱਧਾ ਦੇ ਨਾਲ ਉਹਨਾਂ ਦੇ ਸੈਕਟਰੀ ਜਨਰਲ ਵੀ ਬਣ ਗਏ। ਲਿਹਾਜ਼ਾ ਉਹਨਾਂ ਦਾ ਉਹਦੇ ਵਿੱਚ ਗੁੱਸੇ ਵਾਲੀ ਗੱਲ ਕੋਈ ਨਹੀਂ ਮੁਰਤਜ਼ਾ ਦੀ ਵਜ੍ਹਾ ਤੋਂ ਮਰਡਰ ਕੇਸ, ਬਟ ਮਰਡਰ ਕੇਸ ਚੂੰਕਿ ਥਿਆ ਹੀ ਨਾ ਇਨਸਾਫੀ ਥਈ ਹੈ ਉਹਦੇ ਵਿੱਚ ਉਹ ਉਹਦੀ ਇਮਦਾਦ ਕਰਨ ਰਹਿ ਗਏ। ਹੁਣ ਬਈ ਗੱਲ ਸੁਣੋ, ਚਾਰ ਪੰਜ ਸਵਾਲ ਕੀਤੇ, ਜਵਾਬ ਤਾਂ ਸੁਣੋ। ਦੂਜੇ ਤੋਂ ਜਵਾਬ ਸਵਾਲ ਕੀਤਾ ਹੈ ਕਿ ਕਿਆ ਆਇਆ ਇਹ ਕੇਸ ਜਿਹੜਾ ਹੈ ਉਹਦੇ ਵਿੱਚ ਇਹ ਲੋਕ ਸ਼ਾਮਿਲ ਹਨ ਜਾਂ ਕੋਈ, ਐੱਫ ਆਈ ਆਰ 'ਚ ਇਹ ਸਾਰੇ ਹਜ਼ਰਾਤ ਸ਼ਾਮਿਲ ਹਨ, ਮਗਰ ਗੱਲ ਇਹ ਕਿ ਪਾਕਿਸਤਾਨ ਦੇ ਵਿੱਚ ਜੇ ਤੱਕ ਹਕੂਮਤ ਔਰ ਤੁਹਾਡੇ ਖਿਲਾਫ ਹੋਵੇ ਔਰ ਸਕਸੈਸਿਵਲੀ ਜਿਤਨੇ ਹਕੂਮਤਾਂ ਆਵੇ ਤੁਹਾਡੇ ਖਿਲਾਫ ਹੋਵੇ, ਉਹ ਤੁਹਾਡੇ ਕੇਸ ਪ੍ਰੋਸੀਕਿਊਸ਼ਨ ਕਿੱਥਾਂ ਚੱਲ ਸਕਦਾ? ਗਵਾਹ ਉਹ ਬਿਲਾ ਦਿੱਤੇ, ਸਰਕਾਰੀ ਗਵਾਹ ਪੇਸ਼ ਨਾ ਥੇ, ਜਿਹੜੇ ਅਕਿਊਜ਼ ਹਨ ਇਹਦੇ ਬਾਰੇ ਉਹਦਿਆਂ 'ਤੇ ਫਾਇਜ਼ ਰਹੇ, ਉਹਨਾਂ ਕੋਲ ਕੌਣ ਘਿਨਾਵਿਆ? ਔਰ ਮਰਡਰ ਕੇਸਿਸ ਭੁੱਟੋ ਸਾਹਿਬ ਦਾ ਵੀ ਜਿਹੜੇ ਬਣਾਈ ਨਾ, ਜ਼ਿਆਉਲ ਹੱਕ ਨੇ ਪੂਰਾ ਜ਼ੋਰ ਲਾਇਆ, ਬੰਦੇ ਇਕੱਠੇ ਕੀਤੇ, ਉਹਨਾਂ ਨੂੰ ਭੁਗਤਵਾਇਆ, ਤਾਂ ਵਨ ਕੇ ਕੇਸ ਬਣਾ। ਲਿਹਾਜ਼ਾ ਉਹਨਾਂ ਨਾਲ ਕਈ ਬੰਦੇ ਨਾਲ ਨਾ ਇਨਸਾਫ ਨਹੀਂ ਥਿਆ। ਇੱਥਾਂ ਹਜ਼ਾਰਾਂ ਕੇਸ ਹਨ ਜਿਹਦੇ ਬੰਦੇ ਛੋਟੇ ਜਾਰੀ ਰੱਖਸੂ। ਥੋੜ੍ਹੀ ਜਿਹੀ ਬ੍ਰੇਕ ਆ ਗਈ, ਗੁਫ਼ਤਗੂ ਤੁਹਾਡੇ ਨਾਲ ਅੱਜ ਜਾਰੀ ਰਾਸਿਆ ਜੀ, ਕੁਛ ਕਿ ਮਜ਼ੀਦ ਹੀ ਮੇਰਾ ਖਿਆਲ ਹੈ ਜੀ, ਗੱਲ ਹੀ ਬਾਕੀ ਤੁਹਾਡੇ ਨਾਲ ਜੀ, ਬਾਕੀ ਰਹਿਣੀ ਹੈ। ਇੱਕ ਛੋਟੀ ਬ੍ਰੇਕ ਹਨ ਕਹਿੰਦੇ ਅਸੀਂ ਵਾਪਸ ਆਉਂਦੇ ਹਾਂ, ਅਤੇ ਇਤਨੇ ਤੁਸੀਂ ਮਤਲਬ ਉਹਦੇ ਲੜਾਈ ਝਗੜੇ ਵਾਲੇ ਮੂਡ 'ਚ ਨਾ ਬਹੋ, ਇਹ ਚੱਲਦਾ ਰਹੇ ਮੈਂ ਥੋੜ੍ਹੀ ਮੋੜੀ, ਇਤਨੀ ਗੱਪਸ਼ਪ ਰਹਿਣੀ ਚਾਹੀਦੀ ਹੈ। ਇੱਕ ਜੀ ਬ੍ਰੇਕ ਗਿਣਦੇ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਅਤੇ ਵਾਲਾ ਖਾਨ ਸਾਹਿਬ ਨਾਲ ਇੱਕ ਦਫ਼ਾ ਵਾਲਾ ਅਸੀਂ ਬਾਕੀ ਗਿਣਦੇ ਹਾਂ ਅਸੀਂ।